ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਤਿ ਪ੍ਰਥਮ ਆਇਨ ਮੰਗਲ ਵਰਣਨ ਦੋਹਰਾ ਦਇਆ ਨਿਧਿ ਕੀ ਭਈ ਉਦਮ ਦਇਆ ਵਿਸਾਲ ਚਹਿਓ ਗ੍ਰੰਥ ਪੂਰਨ ਕੀਓ ਪੂਰਨ ਪ੍ਰਭੂ ਅਕਾਲ। ਦਇਆ ਮਿਨੀ ਕਿਰਪਾ ਦਇਆ ਨਿਧ ਦਿਆਲਤਾ ਦੀ ਨਿਧੀ ਸਮੁੰਦਰ। ਦਇਆ ਮੈਨੇ ਦਿੱਤਾ ਵਿਸਾਲ ਮੈਨੇ ਬਹੁਤ ਰਚਿਓ ਰਚ ਕੇ ਗ੍ਰੰਥ ਪੂਰਨ ਕੀਓ ਗ੍ਰੰਥ ਪੂਰਨ ਕੀਤਾ ਪੂਰਨ ਮੈਨੇ ਵਿਆਪਕ। ਪ੍ਰਭੂ ਵਾਹਿਗੁਰੂ ਅਕਾਲ ਕਾਲ ਰਹਿਤ ਵਾਹਿਗੁਰੂ ਜੀ ਇੱਕਾਂ ਨੂੰ ਓਂਕਾਰ ਪ੍ਰਕਾਸ਼ ਰੂਪ ਸਤਿਗੁਰੂ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਅੱਤ ਹੁਣ ਪ੍ਰਥਮ ਆਇਨ ਜਿਹੜਾ ਹੈ ਉਹਦਾ ਮੰਗਲਾਚਰਨ ਕਰਦੇ ਹਨ। ਦਇਆ ਨਿਧਿ ਕੀ ਭਈ ਉਦਮ ਦਇਆ ਵਿਸਾਲ ਅਤੇ ਗ੍ਰੰਥਕਰਤਾ ਜੀ ਕਹਿ ਰਹੇ ਹਨ ਕਿ ਅਕਾਲ ਪੁਰਖ ਜੋ ਪੂਰਨ ਪਰਮਾਤਮਾ ਉਹਨਾਂ ਦੀ ਕਿਰਪਾ ਤੋਂ, ਕਿਉਂਕਿ ਕਿਰਪਾ ਦੇ ਸੁੰਦਰ ਕੀ ਕਹਿੰਦੇ ਪਰਮ ਦਇਆ ਪਈ, ਬਹੁਤ ਵੱਡੀ ਦਇਆ ਹੋਈ ਹੈ। ਗ੍ਰੰਥ ਚਾਹ ਪੂਰਨ ਕੀਓ ਪੂਰਨ ਪ੍ਰਭੂ ਅਕਾਲ, ਮੇਰੇ ਪਰ ਜਿਨ੍ਹਾਂ ਨੇ ਬਹੁਤ ਉਦਮ ਬਖਸ਼ਿਸ਼ ਕੀਤਾ, ਜੋ ਕਹਿੰਦੇ ਮੈਂ ਗ੍ਰੰਥ ਕੋ ਪੂਰਾ ਕਰਨਾ ਚਾਹਿਆ, ਚਾਹੇ ਉਹ ਗ੍ਰੰਥ ਪੂਰਨ ਕੀਓ ਪੂਰਨ ਪ੍ਰਭੂ ਅਕਾਲ, ਅਕਾਲ ਪੁਰ ਪੂਰਨ ਪਰਮਾਤਮਾ ਕਿਰਪਾ ਕੇ ਸਮੁੰਦਰ ਕੀ ਪਰਮ ਮਹਾਨ ਦਇਆ ਪਈ ਹੈ ਮੇਰੇ ਪਰ, ਜਿਸ ਨੇ ਬੜਾ ਉਦਮ ਬਖਸ਼ਿਸ਼ ਕੀਆ ਹੈ, ਜੋ ਮੈਂ ਗ੍ਰੰਥ ਕੋ ਪੂਰਾ ਕਰਨਾ ਚਾਹਿਆ। ਕਵਿਤ ਬੇਦੀ ਵੰਸ ਭੂਖਨ ਜੋ ਭੂਖਨ ਅਦੂਖਨ ਸੇ ਤਿਮਰ ਕਲੂਖਨ ਪਖੰਡ ਛਪ ਤਾਰੇ ਹੈ, ਪੀਰ ਸਿੱਧ ਧੀਰ ਕਰਾ ਮਤ ਕਹਿ ਗਹੀਰ ਗਨ ਮਾਨ ਸੈਲ ਚੜ੍ਹੇ ਗੁਰੂ ਨਾਨਕ ਉਤਾਰੇ ਹੈ। ਔਰ ਦੇਸਨ ਵਿਦੇਸ਼ ਫਿਰ ਜੰਬੂ ਦੀਪ ਸਮ ਕਿਨੂੰ ਕਿੰਨੇ ਹੈ ਕਰੋਰੋਂ ਸਿੱਖ ਭਵ ਜਲ ਤਾਰੇ ਹੈ, ਜਸ ਵਿਸਤਾਰੇ ਭਾਰੇ ਵਿਸ਼ੇ ਵਿਸਤਾਰ ਬਹੁ ਖੋਲ ਮੋਹ ਕੇ ਤਾਰੇ ਬਾਦੀ ਬਾਤ ਕਰ ਤਾਰੇ ਹੈ। ਬੰਸ ਕੁਲ ਭੂਖਣ ਸ਼ੰਗਾਰ ਭੂਖਣ ਨਾਮ ਸੂਰਜ ਦਾ ਤਿਮਰ ਅੰਧੇਰਾ ਕਲੂਖਨ ਮੈਨੇ ਪਾਪੋਂ ਕੋ ਪਖੰਡ ਦੰਭ ਰੂਪ ਛਪ ਛਿਪ ਗਏ ਤਾਰੇ ਨਖੱਤਰ ਪੀਰ ਪੂਜ ਸਿੱਧ ਸਿੱਧੀਆਂ ਵਾਲੇ ਧੀਰ ਧੀਰਜੀ ਧੀਰਜ ਕਰਨ ਵਾਲੇ ਕਰਾਮਾਤ ਕੇ ਗਹੀਰ ਜਿਹੜੇ ਕਰਾਮਾਤ ਦੇ ਬਹੁਤ ਵੱਡੇ ਸਮਰੱਥ ਸੀਗੇ। ਗਨ ਸਾਰੇ ਮਾਨ ਹੰਕਾਰ ਸੈਲ ਪਹਾੜ ਔਰ ਔਰਾਰੇ ਮੈਨੇ ਪਾਰ ਕਰੇ ਗਿਰ ਮੈਨ ਫਿਰ ਕਹਿੰਦੇ ਵਿਚਾਰ ਜੰਬੂ ਦੀ ਭਾਰਤ ਖੰਡ ਮੈਂ ਅਤੇ ਦੀਪ ਸਮ ਔਰ ਦੀਪੋਂ ਕੇ ਸਮਾਨ ਹੀ ਕਰੋੜੋਂ ਸਿੱਖ ਕਰੋੜਾਂ ਸਿੱਖ ਸੇਵਕ ਭਵ ਜਲ ਤਾਰੇ ਹੈ ਸੰਸਾਰ ਸਾਗਰ ਸੇ ਪਾਰ ਕਰੇ ਹੈ, ਜਸ ਵਿਸਥਾਰ ਵਡਿਆਈ ਕੋ ਫੈਲਾ ਕੇ ਭਾਰੇ ਮੈਨੇ ਵੱਡੇ ਵਿਛੇ ਵਿਖੇ
ਵਿਸਥਾਰ ਫੈਲੇ ਹੋਏ ਬਹੁ ਮੈਨੇ ਬਹੁਤ ਮੋਹ ਤਾਰੇ ਮੋਹ ਰੂਪੀ ਤਾਲੇ ਜਿੰਦੇ ਵਾਦੀ ਜਿਹੜੇ ਹਾਂਜੀ ਪੱਖਵਾਦੀ ਸੀਗੇ ਪ੍ਰਿਤ ਪੱਖੀ ਆਪਣੇ ਪੱਖ ਕਰਨ ਵਾਲੇ ਬਾਤ ਕਰ ਬਾਤ ਝਗੜਾ ਕਰਕੇ ਤਾਰੇ ਹੈ ਪਾਰ ਕਰੇ ਹੈ। ਹੁਣ ਅੱਗੇ ਕਵੀ ਜੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਉਪਮਾ ਦਾ ਮੰਗਲ ਕਰਦੇ ਆ। ਬੇਦੀ ਵੰਸ ਭੂਖਣ ਜੋ ਭੂਖਣ ਅਦੂਖਣ ਸੇ ਤਿਮਰ ਕੁਲੂਖਣ ਪਖੰਡ ਸ਼ਪ ਤਾਰੇ ਹੈ। ਜੋ ਸਤਿਗੁਰੂ ਜੀ ਬੇਦੀ ਵੰਸ ਦੇ ਭੂਖਣ ਹੈ, ਜੋ ਸੂਰਜ ਸਮਾਨ ਦੂਸ਼ਣੋਂ ਸੇ ਰਹਿਤ ਕਲੀ ਕੇ ਕੁਲੂਖਣ ਪਾਪ ਤਿਮਰ ਅਗਿਆਨਤਾ ਦਾ ਹਨੇਰਾ ਕੋ ਨਾਸ ਕਰਨਹਾਰ ਔਰ ਪਖੰਡ ਰੂਪ ਤਾਰਿਓਂ ਕੇ ਅਸਤ ਛੁਪਾ ਦੇਣੇ ਹਾਰੇ ਹੈ। ਉਹਨਾਂ ਮੂਹਰੇ ਪਖੰਡ ਤਾਰੇ ਜਿਹੜੇ ਸੀ ਛਪ ਗਏ, ਜਿਵੇਂ ਸੂਰਜ ਸਾਹਮਣੇ ਛਪ ਜਾਂਦੇ ਹਨ। ਪੀਰ ਸਿੱਧ ਧੀਰ ਕਰਾ ਮਾਤ ਕੈ ਗਹੀਰ ਗਨ ਮਾਨ ਸੈਲ ਚੜੇ ਗੁਰੂ ਨਾਨਕ ਉਤਾਰੇ ਹੈ। ਕਹਿੰਦੇ ਜਿਹੜੇ ਸਮੂਹ ਕਰਾਮਾਤੀ ਪੀਰ ਜੋ ਹੈ ਔਰ ਸਿੱਧੀਆਂ ਲਗਾਉਣੇ ਵਾਲੇ ਸਿੱਧ ਜੋ ਹੈ, ਧੀਰ ਔਰ ਕਰਾਮਾਤ ਕੇ ਗਹੀਰ ਹਾਂਜੀ ਵੱਡੇ ਜੋ ਹੈ, ਜੋ ਮਾਨ ਸੈਲ ਅਭਿਮਾਨ ਰੂਪੀ ਪਰਬਤ ਪਰ ਚੜ੍ਹੇ ਹੋਏ ਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਤਾਰ ਦੀਏ, ਭਾਵ ਅਭਿਮਤਤਾ ਅਭਿਮਾਨਤਾਈ ਕੋ ਦੂਰ ਕਰ ਦੀਆ। ਜਿਹੜੇ ਹੰਕਾਰ ਦੇ ਪਹਾੜ 'ਤੇ ਚੜ੍ਹੇ ਬੈਠੇ ਸੀ ਆਪਣੇ ਬਰਾਬਰ ਕਿਸੇ ਨੂੰ ਸਮਝਦੇ ਹੀ ਨਾ, ਸਭ ਉਤਾਰ ਦਿੱਤਾ, ਸਭ ਦਾ ਹੰਕਾਰ ਲਾ ਦਿੱਤਾ। ਦੇਸ਼ਨ ਵਿਦੇਸ਼ ਫਿਰ ਜੰਬੂ ਦੀਪ ਸਮ ਕਿੰਨੇ ਹੈ ਕਰੋੜੋਂ ਸਿੱਖ ਭਵ ਜਲ ਤਾਰੇ ਹੈ। ਅੱਗੇ ਕਵੀ ਜੀ ਕਹਿ ਰਹੇ ਹਨ ਦੇਸ਼ਾਂ ਵਿਦੇਸ਼ਾਂ ਮੈਂ ਫਿਰ ਕਰ ਭਾਰਤ ਖੰਡ, ਇਹਦਾ ਨਾਂ ਜੰਬੂ ਦੀਪ ਹੈ। ਜੋ ਜੰਬੂ ਦੀਪ ਹੈ ਉਸ ਮੈਂ ਕਰੋੜੋਂ ਹੀ ਸੇਵਕੋਂ ਕੋ ਦੀਪਕ ਸਮਾਨ ਪ੍ਰਕਾਸ਼ਵਾਨ ਕਰ ਸੰਸਾਰ ਸਾਗਰ ਸੇ ਪਾਰ ਤਾਰਨਾ ਕਰ ਦੀਏ। ਜਿਵੇਂ ਪ੍ਰਕਾਸ਼ ਕਰਤਾ ਅਗਿਆਨਤਾ ਦਾ ਹਨੇਰਾ ਦੂਰ ਕਰ ਦੀਆ, ਕਰੋੜਾਂ ਸਿੱਖ ਤਾਰੇ ਹਨ। ਜਸ ਵਿਸਥਾਰੋ ਭਾਰੇ ਵਿਸ਼ੇ ਵਿਸਥਾਰ ਬੋ ਖੋਲ ਮੋਹ ਤਾਰੇ ਬਾਦੀ ਬਾਤ ਕਰ ਤਾਰੇ ਹੈ। ਸਰਵੱਤਰ ਹੀ ਜਸ ਕਾ ਵਿਸਤਾਰਨ ਕਰ ਭਾਰੇ ਵਿਸ਼ੋਂ ਕੇ ਬਹੁਤ ਵੱਡੇ ਵਿਸਥਾਰ ਮੈਂ ਮੋਹ ਕੇ ਤਾਲੇ ਖੋਲ ਦੀਏ। ਵਾਧੂ ਜਿਹੜੇ ਝਗੜਾਲੂਆਂ ਕੋ ਬਾਤ ਸ਼ਬਦ ਰਚਨਾ ਕਰ ਤਾੜਨਾ ਕਰੀ ਹੈ, ਜਿਹਨਾਂ ਨੂੰ ਐਸੇ ਸ਼੍ਰੀ ਗੁਰੂ ਜੀ ਕੋ ਸਮਰਨ ਕਰਦਾ ਹੂੰ ਉਹਨਾਂ ਨੂੰ ਚੇਤੇ ਕਰਦਾ ਹਾਂ। ਕਵਿਤ ਭਏ ਗੁਰੂ ਅੰਗਦ ਆਨੰਦਮੈ ਬੁਲੰਦ ਮਾਨ ਸਤਿਗੁਰੂ ਅਮਰ ਸਿਮਰ ਸੁਖ ਭਾਰੇ ਹੈ। ਗੁਰੂ ਰਾਮਦਾਸ ਆਸ ਪੂਰੀ ਲਖ ਦਾਸ ਨਿਜ ਬਿਘਨ ਵਿਸਾਲ ਗੁਰੂ ਅਰਜਨ ਨਿਵਾਰੇ ਹੈ। ਸ਼੍ਰੀ ਗੁਰੂ ਹਰਗੋਬਿੰਦ ਚੰਦ ਬੰਦਨੀ ਹੈ ਦੁੰਦ ਮੰਦ ਗੁਰੂ ਹਰ ਰਾਏ ਹਰ ਕ੍ਰਿਸ਼ਨ ਉਦਾਰੇ ਹੈ। ਨੌਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਹਰੇ ਪਦਾਹੇ ਪੂਰੀ ਕੀਨ ਚਾਹੇ ਤੋ ਸਹਾਇਕ ਹਮਾਰੇ ਹੈ। ਦਸਾਂ ਗੁਰੂਆਂ ਦਾ ਸਾਂਝਾ ਮੰਗਲ ਕਰਦੇ ਹਨ, ਨੌਵਾਂ ਗੁਰੂਆਂ ਦਾ ਭਏ ਮੈਨੇ ਹੋਏ
ਸ਼੍ਰੀ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਜੀ, ਮੈਂ ਰੂਪ ਬੁਲੰਦਮਾਨ ਵੱਡੇ ਹੀ ਵਡਿਆਈ ਵਾਲੇ, ਭਾਰੇ ਬਹੁਤ ਆਸ ਇੱਛਾ ਨਿਜ ਆਪਣੀ, ਵਿਸਾਲ ਵੱਡੇ ਨਵਾਰੇ ਦੂਰ ਕਰੇ, ਬੰਦਨੀ ਹੈ ਨਮਸਕਾਰ ਕਰਨੇ ਯੋਗ, ਦੁੰਦ ਮੰਦ ਰਾਗ ਦੁਵੈਸ਼ ਦੂਰ ਕਰਤਾ, ਰਿਪ ਦਾ ਹੈ ਬੈਰੀ ਨਾਸਕ, ਚਾਹੇ ਇੱਛਾ ਸਹਾਇਕ ਸਹਾਇਤਾ ਦਾਤਾ, ਭਏ ਗੁਰੂ ਅੰਗਦ ਆਨੰਦ ਮੈਂ ਬੁਲੰਦ ਮਾਨ, ਸਤਿਗੁਰੂ ਅਮਰ ਸਿਮਰ ਸੁਖ ਭਾਰੇ ਹੈ। ਇੱਕ ਪੰਗਤੀ ਦੇ ਵਿੱਚ ਹੀ ਦੋ ਗੁਰੂਆਂ ਦਾ ਪੂਜਨ ਕਰ ਰਹੇ ਹੈ। ਸ਼੍ਰੀ ਗੁਰੂ ਅੰਗਦ ਸਾਹਿਬ ਜੀ ਆਨੰਦ ਕਾ ਸਰੂਪ ਵੱਡੇ ਜਾਣਕਾਰ, ਸਤਿਗੁਰੂ ਗੁਰੂ ਅਮਰਦਾਸ ਜੀ ਕਾ ਸਮਰਨ ਕਰਨੇ ਸੇ ਬੜੇ ਸੁਖ ਪ੍ਰਾਪਤ ਹੋਤੇ ਹੈਂ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ, ਸਿਮਰ ਸੁਖ ਭਾਰੇ ਹੈ, ਸਿਮਰਨ ਭਾਰੇ ਸੁਖ ਪ੍ਰਾਪਤ ਹੋਤੇ ਹੈ। ਗੁਰੂ ਰਾਮਦਾਸ ਆਸ ਪੂਰੀ ਲੱਖ ਦਾਸ ਨਿਜ ਬਿਘਨ ਵਿਸਾਲ ਗੁਰ ਅਰਜਨ ਨਿਵਾਰੇ ਹੈ। ਸ਼੍ਰੀ ਗੁਰੂ ਰਾਮਦਾਸ ਜੀ ਆਪਣਾ ਦਾਸ ਜਾਨ ਮਨ ਇੱਛਾ ਪੂਰੀ ਕਰਦੇ ਹੈ, ਵਿਸਾਲ ਹਾਂਜੀ ਬਹੁਤ ਵੱਡੇ ਬਿਘਨੂ ਕਾ ਨਾਸ ਕਰਨਹਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਹਮਨੇ ਵਿਚਾਰ ਲਏ ਹੈ। ਇਹ ਵਿਚਾਰਿਆ ਕਿ ਸਾਰੇ ਵਿਘਨਾਂ ਨੂੰ ਨਾਸ ਕਰਦੇ ਹੈਂ, ਨਿਵਿਰਤ ਕਰਦੇ ਹੈਂ। ਸ਼੍ਰੀ ਹਰਗੋਬਿੰਦ ਚੰਦ ਬੰਦਨੀ ਹੈ ਦੁੰਦ ਮੰਦ, ਗੁਰੂ ਹਰਿ ਕ੍ਰਿਸ਼ਨ ਹਰਿ ਕ੍ਰਿਸ਼ਨ ਉਧਾਰੇ ਹੈਂ। ਅੱਗੇ ਦੱਸ ਰਹੇ ਹੈ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੰਦਨਾ ਕਰਨ ਯੋਗ, ਕਾਮ ਆਦਿਕ ਦੁੰਦ ਕਾ ਮੰਦ ਨਾਸ ਕਰਨਹਾਰ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਹੈ, ਐਸੇ ਉਦਾਰ ਸ੍ਰੇਸ਼ਟ ਹੈ। ਨਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਰਪਦਾਹੇ ਪੂਰੀ ਕਿਨ ਚਾਹੇ ਤੋ ਸਹਾਇਕ ਹਮਾਰੇ ਹੈ। ਅੱਗੇ ਕਹਿ ਰਹੇ ਹਨ ਕਿ ਨਵੇਂ ਪਾਤਸ਼ਾਹ ਜੀ ਔਰ ਦਸਵੇਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਤਰੂ ਨਾਸਕ ਜੀ ਨੇ ਮੇਰੀ ਇੱਛਾ ਪੂਰਨ ਕਰੀ, ਐਸੇ ਸ਼੍ਰੀ ਸਤਿਗੁਰੂ ਦਸੋਂ ਹੀ ਪਾਤਸ਼ਾਹ ਹਾਂਜੀ ਅਤੇ ਸਦਾ ਹਮਾਰੇ ਸਹਾਇਕ ਹੈ, ਤਾਂ ਹੀ ਕਹਾਂ ਪ੍ਰਵਾਹ ਕਹੂ ਕਿ ਜਾ ਕੋ ਬਸੀਸ ਧਰਿਓ ਗੁਰ ਹੱਥ। ਕਹਿੰਦੇ ਜਿਨ੍ਹਾਂ 'ਤੇ ਆਪਣੀ ਕਿਰਪਾ ਦਾ ਹੱਥ ਮਰਨ ਰੱਖ ਦਿੱਤਾ ਨਾ, ਜੈ ਗੋਪਾਲ ਸਹਾਇ, ਹਾਂਜੀ ਜਿੱਥੇ ਗੋਪਾਲ ਸਹਾਇਤਾ ਕਰਦਾ ਹੈ, ਫਿਰ ਕਹਿੰਦੇ ਆਪਣਾ ਮਿਹਰ ਦਾ ਹੱਥ ਰੱਖਿਆ, ਫਿਰ ਬੇਗਨ ਕਵੀ ਜੀ ਕਹਿੰਦੇ ਕਿਵੇਂ ਪਏਗਾ। ਦੋਹਰਾ, ਬਰਿੰਦ ਅਰਿੰਦਮ ਕੰਦ ਸੁਖ ਪਦ ਅਰਬਿੰਦ ਮੁਕੰਦ, ਅਭਿਬੰਧਨ ਕਰ ਬੰਦ ਕਹਿ ਦੇਹੋ ਆਨੰਦ ਬੁਲੰਦ। ਬਰਿੰਦ ਮੈਨੇ ਸਮੂਹ, ਅਰਿੰਦਮ ਅਰੀਨਮ ਬੈਰੀਆਂ ਦਾ, ਬੈਰੀਓ ਕੇ ਨਾਸ ਕਰਨ ਵਾਲੇ, ਕੰਦ ਮੂਲ ਸੁਖ ਆਨੰਦ ਕੇ, ਪਦਾਰਬਿੰਦ ਚਰਨ ਕਵਲ, ਮੁਕੰਦ ਮੁਕਤੀ ਦਾਤਾ, ਅਵੀ ਕਹਿੰਦੇ ਆ ਪਰਕਰਮਾ ਕਰ ਬੰਧਨ ਨਮੋ। ਅਭਿਬੰਧਨ ਦਾ ਮਤਲਬ ਹੁੰਦਾ ਜਿਹੜਾ ਪਰਕਰਮਾ ਕਰਕੇ ਨਮਸਕਾਰ ਕਰਨੀ, ਅਰ ਬੰਦ ਕੈ ਹੱਥ ਜੋੜ ਕੇ, ਆਨੰਦ ਪ੍ਰਸੰਨਤਾ ਬੁਲੰਦ ਮੈਨੇ ਬਹੁਤ, ਬ੍ਰਿੰਦ ਅਰਿੰਦਮ ਕੰਦ ਸੁਖ ਪਦ ਅਰ ਬਿੰਦ ਮੁਕੰਦ।
ਸਮੂਹ ਬੈਰੀਓ ਕੋ ਦਮਨ ਕਰਨ ਹਾਰ, ਸੁਖ ਕੇ ਮੂਲ ਮੁਕਤੀ ਕੇ ਦੇਣੇ ਹਾਰੇ, ਸਤਿਗੁਰਾਂ ਕੋ ਹਾਥ ਜੋੜ ਚਾਰੋਂ ਹੀ ਓਰ, ਪਰਕਰਮਾ ਕਰ ਚਰਨ ਕਮਲਾਂ ਪਰ ਅਭਿਵੰਦਨ ਕਰ ਬੰਦ ਹੈ, ਤੁਮੇ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ, ਦੇਹੋ ਆਨੰਦ ਬੁਲੰਦ। ਹੇ ਮਹਾਰਾਜ ਜੀ, ਮੇਰੇ ਕੋ ਬੜੇ ਆਨੰਦ ਕਾ ਪ੍ਰਦਾਨ ਕਰੀਏ, ਪ੍ਰਦਾਨ ਕੀਜੀਏ, ਮੈਨੂੰ ਆਪਣਾ ਆਨੰਦ ਬਖਸ਼ਣਾ ਕਰੀਏ। ਦੋਹਰਾ, ਸ਼੍ਰੀ ਨਾਨਕ ਪ੍ਰਕਾਸ਼ ਕੋ ਪ੍ਰਥਮ ਕੀਨ ਇਤਿਹਾਸ, ਪੁਨ ਅਸ਼ਟਮ ਗੁਰ ਕੇ ਕਰੇ ਰਚ ਕਰ ਦੁਆਦਸ ਰਾਸ। ਪ੍ਰਥਮ ਪਹਿਲੇ ਕੀਨ ਬਣਾਇਆ, ਇਤਿਹਾਸ ਕਥਾ ਕਾ ਗ੍ਰੰਥ, ਗੁਰ ਚਰਿੱਤਰ ਕਰੋ ਕੀਤੇ, ਰਚ ਕਰ ਬਣਾ ਕਰ ਦੁਆਦਸ ਰਾਸ, ਬਾਰਾਂ ਰਾਸਾਂ 'ਚ। ਸ਼੍ਰੀ ਨਾਨਕ ਪ੍ਰਕਾਸ਼ ਕੋ ਪ੍ਰਥਮ ਕੀਨ ਇਤਿਹਾਸ, ਸ਼੍ਰੀ ਗੁਰੂ ਨਾਨਕ ਜੀ ਕਾ ਇਤਿਹਾਸ ਕਥਾ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਮੈਂ ਪ੍ਰਥਮੇ ਵਰਣਨ ਕੀਆ ਹੈ। ਪੁਨਾ ਪੁਨ ਅਸ਼ਟਮ ਗੁਰ ਕੇ ਕਰੇ ਰਚ ਕਰ ਦੁਆਦਸ ਰਾਸ। ਫਿਰ ਕਹਿੰਦੇ ਸ਼੍ਰੀ ਅਸ਼ਟੋ, ਅੱਠੋਂ ਹੀ ਸਤਿਗੁਰੋਂ ਗੁਰੂ ਔਰ ਗੁਰੂ ਕੀ ਜਿਹੜੀ ਕਥਾ ਕੀ ਰਚਨਾ, ਬਾਰਾਂ ਹੀ ਰਾਸੋ ਮੈਂ ਕਥਨ ਕਰੀ ਹੈ। ਦੋਹਰਾ, ਬੌਰ ਖਸ਼ਟ ਰੁੱਤ ਕੇ ਵਿਖੇ ਦਸਵੇਂ ਗੁਰੂ ਵਿਲਾਸ, ਜਨਮ ਆਤੇ ਰਚ ਪਲੇ ਕਵਿਤਾ ਕੀਨ ਪ੍ਰਕਾਸ਼। ਪਹਿਲਾਂ ਕਹਿੰਦੇ ਹੈ ਕਿ ਬਾਰਾਂ ਰਾਸਾਂ ਦੇ ਵਿੱਚ, ਹਾਂਜੀ, ਇਹ ਕਥਾ ਜਿਹੜੀ ਸੀ ਇਤਿਹਾਸ, ਹਾਂਜੀ, ਨਾਨਕ ਪ੍ਰਕਾਸ਼ ਵਰਣਨ ਕੀਤਾ। ਫਿਰ ਅੱਠ ਗੁਰੂਆਂ ਦੀ ਕਥਾ ਦੀ ਰਚਨਾ ਬਾਰਾਂ ਰਾਸਾਂ 'ਚ ਕਥਨ ਕੀਤੀ। ਦੋਹਰਾ, ਬੌਰ ਖਸ਼ਟ ਰੁੱਤ ਕੇ ਵਿਖੇ ਦਸਵੇਂ ਗੁਰੂ ਵਿਲਾਸ, ਜਨਮ ਆਤੇ ਰਚ ਪਲੇ ਕਵਿਤਾ ਕੀਨ ਪ੍ਰਕਾਸ਼। ਬੌਰ ਮੈਨੇ ਫਿਰ ਪੁਨਾ ਖਸ਼ਟ ਰੁੱਤ ਕੇ ਵਿਖੇ, ਛੇ ਰੁੱਤਾਂ ਬੀਚ ਦਸਵੇਂ ਗੁਰੂ ਜੀ ਕੇ ਵਿਲਾਸ, ਬਹੁਤ ਹੀ ਜਨਮ ਆਦਿ ਅਤੇ ਜਨਮ ਤੋਂ ਲੈ ਕੇ, ਹਾਂਜੀ, ਰਚ ਬਣਾ ਕਰ ਭਲੇ ਅੱਛੇ ਕਵ ਤੱਕ ਵੀ ਸ਼੍ਰੀ ਮੈਂ ਪ੍ਰਕਾਸ਼ ਪ੍ਰਗਟ ਕਰੇ। ਕਵੀ ਜੀ ਕਹਿ ਰਹੇ, ਬੌਹਰ ਕਵੀ ਕਹੇ ਹੈ ਕਿ ਫਿਰ ਮੈਨੇ ਛੇ ਰਿਤੂਓਂ ਮੈਂ ਦਸਵੇਂ ਗੁਰੂ ਜੀ ਕੀ ਕਥਾ ਮੈਂ ਸਤਿਗੁਰੂ ਜੀ ਕੇ ਬਿਲਾਸ, ਜਿਹੜੇ ਚਰਿੱਤਰ ਆ ਜਨਮ ਅਤੇ ਰਚ ਭਲੇ ਕਵਿਤਾ ਕਿਨ ਪ੍ਰਕਾਸ਼, ਜਨਮ ਤੋਂ ਲੈ ਕੇ ਕਵਿਤਾ ਮੈਂ ਭਲੀ ਪ੍ਰਕਾਸ਼ ਪ੍ਰਕਾਸ਼ ਕਰੇ ਹੈ। ਉਹਨਾਂ ਦੇ ਅਵਤਾਰ ਧਾਰਨ ਤੋਂ ਜੋਤ ਜੋਤ ਸਮਾਉਣ ਤੇ ਸਾਰੇ ਪ੍ਰਸੰਗ ਜਿਹੜੇ ਉਹ ਲਿਖੇ ਆ ਕਾਵਿ ਰੂਪ ਦੇ ਵਿੱਚ। ਪਹਿਲਾਂ ਵਾਰਤਕ ਵਿੱਚ ਭਾਈ ਰਾਮ ਕਵਰ ਜੀ ਨੇ ਸੁਣਾਇਆ ਸੀ ਨਾ। ਦੋਹਰਾ, ਰਹੀ ਕਥਾ ਅਬ ਸ਼ੇਸ਼ ਜੋ ਤਿਸ ਐਨ ਹਿਤ ਐਨ ਬਣਾਏ, ਵਰਨ ਸਰ ਪ੍ਰਸੰਗ ਕੋ ਸਾਰ ਸੁਤੀ ਵਰਤੇ ਆਏ। ਅਬ ਸ਼ੇਸ਼ ਕਹਿੰਦੇ ਜਿਹੜੇ ਹੁਣ ਬਾਕੀ ਸੀ ਹਿਤ ਵਾਸਤੇ, ਐਨ ਉਤਰਾਇਣ ਅਤੇ ਦਖਰਾਇਣ, ਐਨਾ ਮੂੰਹ ਕਰਦਾ ਹੁੰਦਾ। ਫਿਰ ਸਾਰਸਵਤੀ ਵਰਨੋਂ ਕਥਨ ਕਰੋ ਹਾਂ, ਕਥਨ ਕਰਾਂਗਾ ਪ੍ਰਸੰਗ ਕਥਾ। ਸਾਰਸਵਤੀ ਬਾਕੇਸ਼ਵਰੀ, ਬਾਕ ਦੀ ਈਸ਼ਰ ਸੁਰਸਤੀ, ਉਰ ਹਿਰਦੇ ਮੈਂ ਧਿਆਏ ਮੈਨੇ ਮਨਾ ਕੇ, ਰਹੀ ਕਥਾ ਵਿਸ਼ੇਸ਼ ਜੋ ਤਿਸੇ ਧਿਆਨ ਬਣਾਏ। ਅਬ ਕਹਿੰਦੇ ਜੋ ਕਥਾ ਸ਼ੇਸ਼ ਬਾਕੀ ਰਹਿ ਗਈ ਸੀ ਨਾ, ਉਸ ਕੇ ਲੀਏ
ਤੇ ਇਸ ਵਾਸਤੇ ਐਨ ਬਣਾ ਕੇ ਸਰਵ ਪ੍ਰਸੰਗ ਕੋ ਵਰਣਨ ਕਰਤਾ ਹੂੰ। ਵਰਣੋ ਸਰਵ ਪ੍ਰਸੰਗ ਸਰਸਤੀ ਔਰ ਤਿਆਏ ਸੁਰਸਤੀ ਜੀ ਕਾ ਹਿਰਦੇ ਵਿੱਚ ਧਿਆਨ ਕਰਕੇ ਵਰਣਨ ਕਰਾਂਗਾ। ਦੁਹਰਾ ਦਖਰਾਇਣ ਉਤਰਾਇਣ ਸੰਮਤ ਕੇ ਦੋ ਐਨ ਇਤਿ ਉਤ ਸੂਰਜ ਹੋਏ ਕਰ ਜਾਣਤ ਹੈ ਬੁੱਧ ਐਨ। ਸੰਮਤ ਮੈਨੇ ਸਾਲ ਕੇ, ਦੋ ਐਨ ਮੈਨੇ ਦੋਨੋਂ ਹੀ, ਇਤ ਉਤ ਜੀ ਉੱਤਰ ਇੱਧਰ ਅਤੇ ਉੱਧਰ ਦੱਖਣ ਉੱਧਰ ਹੋਏ ਕਰ ਹੁਣੇ ਸੇ ਬੁੱਧ ਐਨ ਬੁੱਧੀ ਕੇ ਧਾਮ ਜਿਹੜੇ ਘਰ ਆ। ਦਖਰਾਇਣ ਉਤਰਾਇਣ ਸੰਮਤ ਕੇ ਦੋ ਐਨ, ਹੁਣ ਅੱਗੇ ਆਪੇ ਹੀ ਅਰਥ ਕਰਕੇ ਦੱਸਦੇ ਆ। ਸੰਮਤ ਸਾਲ ਭਰ ਕੇ ਦੋ ਐਨ ਹੈ, ਇੱਕ ਦਖਰਾਇਣ ਨਾਮ ਹੈ, ਦੂਸਰਾ ਉਤਰਾਇਣ ਨਾਮ ਹੈ। ਇੱਥੋਂ ਸੂਰਜ ਕਿਵੇਂ ਕਰ ਜਾਂਦਾ ਹੈ ਬੁੱਧ ਐਨ, ਸੂਰਜ ਕੋ ਦੱਖਣ ਛੇ ਮਹੀਨੇ ਰਹਿਣੇ ਸੇ ਔਰ ਉੱਤਰ ਮੈਂ ਛੇ ਮਹੀਨੇ ਰਹਿਣੇ ਕਰ ਇਸ ਤਰਫ ਉੱਤਰ ਉਸ ਤਰਫ ਦੱਖਣ ਸੂਰਜ ਕੀ ਜਿਹੜੀ ਗਤੀ ਹੈ। ਹੋਣੇ ਪਰ ਨਾਮ ਰੱਖੇ ਗਏ ਹੈ ਇਸ ਬਾਤ ਕੋ ਬੁੱਧੀ ਕੇ ਐਨ ਜਿਹੜੇ ਘਰ ਸਭੀ ਹਾਂਜੀ ਅਤੇ ਜਨ ਜਿਹੜੇ ਹੈ ਗੁਰਮੁਖ ਜਾਣਦੇ ਹਨ। ਦੋਹਰਾ ਗੁਰਪ੍ਰਤਾਪ ਸੂਰਜ ਕਥਿਓ ਨਾ ਜਹੀ ਨਾਮ ਧਰ ਦੀਨ ਜਾਂ ਤਾਂ ਸਿੱਖ ਸੰਗਤ ਰੱਖੋ ਇਮ ਕਬ ਬੇਨਤੀ ਕੀਨ। ਕਥਿਓ ਮੈਨੇ ਕਿਹਾ ਹੈ ਜਹੀ ਮੈਨੇ ਇਹੋ ਨਾਮ ਧਰ ਦੀਨ ਨਾਮ ਧਰ ਦਿੱਤਾ ਜਾਂ ਤਾਂ ਇਸੀ ਕਰਕੇ ਸਿੱਖ ਸੇਵਕ ਸੰਗਤ ਸਮੂਹ ਲਖੋ ਜਾਣੋ ਇਮ ਇਸ ਤਰ੍ਹਾਂ ਬੇਨਤੀ ਪ੍ਰਾਰਥਨਾ ਕੀਨ ਕੀਤੀ ਹੈ। ਗੁਰਪ੍ਰਤਾਪ ਸੂਰਜ ਕਥਿਓ ਜਹੀ ਨਾਮ ਧਰ ਦੀਨ ਅਰਥ ਕਰਦੇ ਆ ਹੇ ਗੁਰੂ ਸੇਵਕ ਸਾਧ ਸੰਗਤ ਜੀ ਸ਼੍ਰੀ ਗੁਰੂ ਜੀ ਕਾ ਪ੍ਰਤਾਪ ਸੂਰਜ ਸਮਾਨ ਹੋਣੇ ਕਰਕੇ ਇਸ ਗ੍ਰੰਥ ਕਾ ਨਾਮ ਸੂਰਜ ਪ੍ਰਕਾਸ਼ ਧਰ ਕਰ ਕਥਨ ਕੀਆ ਹੈ। ਜਾਣਤੇ ਸਿੱਖ ਸੰਗਤ ਲਖੋ ਇਮ ਕਾ ਬੇਨਤੀ ਕੀ ਇਸ ਕਰਕੇ ਸਿੱਖ ਸੰਤ ਜਾਣ ਲਓ ਇਸ ਪਰ ਬੇਨਤੀ ਕਵੀ ਕਰਦੇ ਹਨ। ਕਵੀ ਸਾਰਦ ਦਾ ਸੰਸਾਰ ਦਸਾਰਾ ਪਾਰਦ ਵਰਨੀ ਪਾਰਦ ਪਾਰਾ ਸਾਰਦ ਵਿਦ ਵਰਨੀ ਹਰ ਹਾਰਦ ਦਾਸਨ ਕਰਦਾ ਬਰਸਤ ਬਾਰਦ ਬਰਦਾ ਬਰਸਤ ਬਾਰਦ ਸਾਰਦ ਮੈਨੇ ਸੁਰਸਤੀ ਦਾਸਨ ਦਾਸੋਂਗੋ ਸਾਰਦ ਸਾਰਾ ਸ੍ਰੇਸ਼ਟ ਗਿਆਨ ਦਾਤੀ ਪਾਰਦ ਮੈਨੇ ਪਾਰੇ ਵਰਨੀ ਰੰਗ ਜੈਸੀ ਪਾਰਦ ਪਾਰੇ ਦਾ ਪਾਰਾ ਕਨਾਰਾ ਦਾਤੀ ਸਾਰਦ ਸਰਦ ਰਿਤੂ ਬਿਦ ਬਦਨੀ ਚੰਦਰ ਮੁਖ ਵਾਲੀ ਹਰ ਨਾਸਨੀ ਦਾਰਦ ਦਰਿੱਦਰ ਕੋ ਦਰਸ਼ਨ ਸੇਵਕੋ ਕੋ ਵਰਦਾ ਵਰਦਾਨ ਦੀ ਦੇਣ ਵਾਲੀ ਬਰਸਤ ਬਾਦਲ ਬੱਦਲ ਸਮ ਵਰਖਾ ਕਰਨੀ ਜਿਵੇਂ ਬੱਦਲ ਵਰਖਾ ਕਰਦਾ ਨਾ ਗਿਆਨ ਦੀ ਵਰਸ਼ਾ ਕਰਦੀ ਹੈ। ਸਾਰਦ ਦਾ ਸੰਸਾਰ ਦਸਾਰਾ ਸਮਗਰ ਦਾਸੋ ਕੋ ਸੁਰਸਤੀ ਸਾਰਾ ਸ੍ਰੇਸ਼ਟ ਸਾਰ ਗਿਆਨ ਦੇਣੇ ਵਾਲੀ ਹੈ। ਪਾਰਦ ਵਰਨੀ ਪਾਰਦ ਪਾਰਾ ਪਾਰੇ ਕੇ ਸਮਾਨ ਕਥਨ ਕਰੀ ਹੈ ਔਰ ਪਾਰ ਦੇ ਕਰਨਹਾਰੀ ਹੈ ਪਾਲਣਾ ਸੇਵਕੋ ਕੀ ਕਰਨੇ ਵਾਲੀ ਪਾਰ ਪਾਲਣੇ ਪਾਲਣਾ ਕਰਨ ਵਾਲੀ ਹੈ। ਸਾਰਦ ਵਿਦ ਵਰਨ ਬਦਨੀ ਹਰ ਸਾਰਦ ਸਰਦ ਰਿਤ ਵਿੱਚ ਚੰਦਰਮਾ ਸਮੁੱਖ ਵਾਲੀ ਦਰਿੱਦਰ ਨਾਸ ਕਰ ਦਾਸੋਂ ਕੋ ਵਰ ਦੇਣੇ ਕੋ ਬਾਰਦ ਮੇਘ ਸਮਾਨ
ਬੱਦਲ ਦੇ ਸਮਾਨ ਹੈ। ਦਸਨ ਵਰਦਾ ਵਰਸਤ ਬਾਰਦ, ਬਾਰਦ ਮੈਨੇ ਮੇਘ ਸਮਾਨ, ਬਰ ਪ੍ਰਦਾਨ ਕੀ, ਪ੍ਰਦਾਨ ਕਰਨ ਵਾਲੀ ਦੇਣ ਵਾਲੀ, ਬ੍ਰਿਸ਼ਟੀ ਵਰਖਾ ਕਰਨ ਹਾਰੀ ਹੈ। ਇਤੀ ਪ੍ਰਥਮ ਆਇਨ ਮੰਗਲ ਸਮਾਪਤ ਸ਼ੁਭ ਮਸਤੂ। ਅੱਗੇ ਹੁਣ ਉਤਰਾਇਣ ਮੰਗਲ ਬਾਰੇ ਲਿਖਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।